ਦਸੰਬਰ ਦੇ ਵਿੱਚ ਅਕਸਰ ਕਿਹਾ ਜਾਂਦਾ ਅੰਬੈਸੀ ਬੰਦ ਹੋ ਗਈ, ਵੀ ਦਸੰਬਰ ਤੋਂ ਬਾਅਦ ਡਿਸੀਜ਼ਨ ਨਹੀਂ ਆਉਣਗੇ, ਹੁਣ ਤਾਂ ਅੰਬੈਸੀ 2 ਜਾਂ 3 ਤਰੀਕ ਨੂੰ ਖੁੱਲੂਗੀ। ਸੋ ਬਹੁਤ ਸਾਰੇ ਸਟੂਡੈਂਟ ਵੀ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਡੇ ਟੂ ਡੇ ਕਾਉਂਸਲਿੰਗ ਕਰਦੇ ਹਾਂ ਫੋਨ ਦੇ ਉੱਪਰ, ਇਹ ਚੀਜ਼ ਅਕਸਰ ਪੁੱਛੀ ਜਾਂਦੀ ਆ ਵੀ ਹੁਣ ਫਾਈਲ ਲਾ ਸਕਦੇ ਹਾਂ ਕਿ ਨਹੀਂ ਲਾ ਸਕਦੇ, ਹੁਣ ਡਿਸੀਜ਼ਨ ਆਉਣਗੇ ਕਿ ਨਹੀਂ ਆਉਣਗੇ, ਅਕਸਰ ਇੱਦਾਂ ਦੇ ਸਵਾਲ ਸਟੂਡੈਂਟ ਦੁਆਰਾ ਪੁੱਛੇ ਜਾਂਦੇ ਆ। ਜਦੋਂ ਤੋਂ ਕੋਵਿਡ ਜਾਂ ਜਦੋਂ ਤੋਂ ਪੈਂਡਮਿਕ ਆਇਆ, ਉਸ ਤੋਂ ਬਾਅਦ ਜਿਹੜਾ ਹਾਈ ਕਮਿਸ਼ਨ ਦੇ ਵਿੱਚ ਬਹੁਤ ਬਦਲਾਅ ਹੋਏ ਆ, ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਬਦਲਾਅ ਸੀ, ਬਹੁਤ ਸਾਰੀ ਕੈਟਾਗਰੀਜ਼ ਦੇ ਵਿੱਚ ਆਨਲਾਈਨ ਐਪਲੀਕੇਸ਼ਨ ਦਾ ਸਿਸਟਮ ਲੈ ਕੇ ਆਇਆ, ਅਤੇ ਉਸਨੂੰ ਜਿਹੜਾ ਚੈੱਕ ਆ ਉਹ ਗਲੋਬਲ ਆਫਿਸ ਦੁਆਰਾ ਚੈੱਕ ਕੀਤਾ ਜਾਂਦਾ। ਜਦੋਂ ਤੋਂ ਗਲੋਬਲ ਆਫਿਸ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਦੇਖਦਾ, ਦਸੰਬਰ ਦੇ ਵਿੱਚ ਵੀ ਡਿਸੀਜ਼ਨ ਆਉਂਦੇ ਪਏ ਆ। ਲਾਸਟ ਈਅਰ ਵੀ ਬਹੁਤ ਸਾਰੀਆਂ ਐਪਲੀਕੇਸ਼ਨ 27 ਦਸੰਬਰ 28 ਦਸੰਬਰ ਨੂੰ ਅਪਰੂਵ ਹੋਈਆਂ ਸੀ, ਇਸ ਵਾਰ ਵੀ ਜਿਹੜੀ ਪ੍ਰੋਸੈਸਿੰਗ ਆ ਇੱਦਾਂ ਹੀ ਚੱਲਦੀ ਪਈ। ਅੱਜ ਯਾਨੀ 22 ਦਸੰਬਰ ਆ, ਟੋਟਲ 12 ਐਪਲੀਕੇਸ਼ਨ ਅਪਰੂਵ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ 6 ਕੈਨੇਡਾ ਵਿਜ਼ਟਰ ਵੀਜ਼ਾ ਨੇ, 6 ਕੈਨੇਡਾ ਸਟੱਡੀ ਵੀਜ਼ਾ ਨੇ। ਸੋ ਨੋਰਮਲੀ ਜਿਹੜਾ ਪ੍ਰੋਸੈਸਿੰਗ ਟਾਈਮ ਉਨਾ ਹੀ ਪ੍ਰੋਸੈਸਿੰਗ ਟਾਈਮ ਲੱਗਦਾ ਪਿਆ, ਜ਼ਿਆਦਾਤਰ ਸਟੱਡੀ ਵੀਜ਼ਾ ਐਪਲੀਕੇਸ਼ਨ 15 ਤੋਂ 30 ਦਿਨ ਦੇ ਵਿੱਚ ਅਪਰੂਵ ਹੋ ਰਹੀਆਂ, ਜ਼ਿਆਦਾਤਰ ਸਪਾਊਸ ਓਪਨ ਵਰਕ ਪਰਮਿਟ ਐਪਲੀਕੇਸ਼ਨ, ਕਿਉਂਕਿ ਅੱਜ ਤੋਂ 2 ਮਹੀਨੇ ਪਹਿਲਾਂ ਸਪਾਊਸ ਓਪਨ ਵਰਕ ਪਰਮਿਟ ਦਾ ਪ੍ਰੋਸੈਸਿੰਗ ਟਾਈਮ 30 ਦਿਨ ਦਾ ਸੀ, 40 ਦਿਨ ਦਾ ਸੀ, ਬਟ 10 ਅਗਸਤ ਤੋਂ ਬਾਅਦ ਜਦੋਂ ਸਟੱਡੀ ਪਲੱਸ ਸਪਾਊਸ ਦੀ ਐਪਲੀਕੇਸ਼ਨ ਹਾਈ ਕਮਿਸ਼ਨ ਦੁਆਰਾ ਇਨਫੋਰਮੇਸ਼ਨ ਆਈ, ਹਾਈ ਕਮਿਸ਼ਨ ਦੁਆਰਾ ਅਪਡੇਟ ਆਈ ਵੀ ਇਹ ਐਪਲੀਕੇਸ਼ਨ ਤੁਸੀਂ ਅੱਗੇ ਤੋਂ ਇਕੱਠਿਆਂ ਨੇ ਸਬਮਿਟ ਕਰਨੀ ਹੈ, ਤਾਂ ਸਪਾਊਸ ਓਪਨ ਵਰਕ ਪਰਮਿਟ ਦਾ ਪ੍ਰੋਸੈਸਿੰਗ ਟਾਈਮ ਇਨਕਰੀਜ਼ ਕੀਤਾ ਗਿਆ, ਜੋ ਕਿ ਹੁਣ 70 ਤੋਂ 90 ਦਿਨ ਤੱਕ ਲੱਗ ਰਹੇ ਆ। ਕੱਲ੍ਹ 2 ਐਪਲੀਕੇਸ਼ਨਾਂ ਅਪਰੂਵ ਹੋਈਆਂ ਸੀ, 82 ਡੇਜ਼ ਦੇ ਵਿੱਚ ਹੋਈਆਂ ਸੀ। ਸੋ ਵਿਜ਼ਟਰ ਵੀਜ਼ਾ ਅਗੇਨ ਉਹੀ 15 ਤੋਂ 20 ਦਿਨ, 25 ਦਿਨ, 30 ਦਿਨ, ਮੈਕਸੀਮਮ 30 ਦਿਨ ਦੇ ਵਿੱਚ, ਬਟ ਵਿਜ਼ਟਰ ਵੀਜ਼ਾ ਦੇ ਡਿਸੀਜ਼ਨ ਬਹੁਤ ਸੋਹਣੇ ਆ, ਯੰਗ ਉਮਰ ਦੇ ਵਿੱਚ ਬਹੁਤ ਸਾਰੇ ਵੀਜ਼ਾ ਜਿਹੜੇ ਉਹ ਆ ਰਹੇ ਆ।